ਅਜੇ ਇੱਕ ਬੱਕਰੀ ਪਹਿਚਾਣ ਇੱਕ ਛੋਟੇ ਜਿਹੇ ਬੱਚੇ ਦੀ ਵੀ ਹੈ ਜਿਹਦਾ ਨਾਮ ਅਗਮ ਹੈ ਤੇ ਉਹਦੀ ਹਾਈਟ 50 ਇੰਚ ਦੀ ਹੈ ਤੇ ਉਹਦੇ ਕੇਸ 48 ਇੰਚ ਦੇ ਨੇ ਤਾਂ ਹਰ ਕਿਸਾ ਹਮਾਰੇ ਵੀ ਜਿਹੜਾ ਸਿੱਖੀ ਕੀ ਹੈ ਕੇਸ ਕੀ ਨੇ ਕਿ ਉਹ ਇਹ ਨੇ ਤੁਹਾਡੇ ਕੋਲ ਮੈਨੂੰ ਬੰਨ੍ਹ ਆ ਪੁੱਤਰ ਇੱਕ ਵਾਰ ਇੰਚੀ ਟੇਪ ਸਾਡੇ ਕੋਲ ਆ ਜਿਹਦੇ ਨਾਲ ਅਸੀਂ ਮੈਜ਼ਰਮੈਂਟ ਕਰਾਂਗੇ ਹਰ ਅਗਮ ਦੇ ਬਾਲਾ ਦੀ ਕੇਸਾਂ ਦੀ ਕਿ ਜਿਹੜਾ ਦੱਸਿਆ ਗਿਆ ਕਿ ਪਹਿਲਾਂ ਕਿ 48% ਤਾ ਪੂਰੇ ਕੇਸ ਨੇ ਜਿਹੜੇ 48% ਕਿਸੇ ਜਿਹੜੇ ਉਹ ਲੰਬੇ ਜਾਂਦੇ ਨੇ। ਔਰ ਇਹਨੂੰ ਹੁੰਦਾ ਕਿ ਬਸ ਮੇਰੇ ਜੂੜਾ ਇੱਕਦਮ ਪ੍ਰੋਪਰ ਹੋਣਾ ਚਾਹੀਦਾ ਹੈ। ਮੇਰਾ ਪਟਕਾ ਵੀ ਇੱਕਦਮ ਸੈੱਟ ਹੋਣਾ ਚਾਹੀਦਾ ਹੈ। ਇਹਨੂੰ ਇਹ ਹੁੰਦਾ ਕਿ ਮੇਰਾ ਇੱਕਦਮ ਮੈਂ ਪ੍ਰੋਪਰ ਫਿਟ ਆਣਾ ਚਾਹੀਦਾ ਹੈ ਮੇਰਾ ਜੂੜਾ ਤੇ ਪਟਕਾ। ਨਾ ਅਤੀਗ ਨਹੀਂ ਲਗਾਈਐ ਸਿੱ ਤਾਂ ਬੱਚਿਆਂ ਨੇ ਵੀ ਇਹੀ ਕਹਨੇ ਕਿ ਆਪਣੇ ਵਾਲਾਂ ਦੇ ਕੈਂਚੀ ਕਦੇ ਨਹੀਂ ਲਗਾਣੇ ਮਤਲਬ ਜੋ ਤੁਹਾਨੂੰ ਆਪਣੇ ਬਖਸ਼ੀਰ ਦਿੱਤੀ ਹੈ ਉਹਨੂੰ ਸੰਭਾਲ ਕੇ ਹੀ ਰੱਖਣਾ ਹੈ ਪਤਾਉਣਾ ਚਾਹੀਦਾ ਕਿ ਸਾਡੇ ਗੁਰੂਆਂ ਦੀ ਜਿਹੜੀ ਸਾਨੂੰ ਦਾਤ ਮਿਲੀ ਹੈ ਉਹਨੂੰ ਸੇ ਸੰਭਾਲ ਕੇ ਰੱਖਣਾ ਹੈ ਉਸ ਪਰਮਾਤਮਾ ਨੇ ਸਾਨੂੰ ਇਹ ਸਰੀਰ ਬਖਸ਼ਿਆ ਤੇ ਉਸ ਨੇ ਹੀ ਸਾਡੇ ਕੇਸ ਵੀ ਬਖਸ਼ੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਕੇਸਾਂ ਨੂੰ ਕਤਲ ਕਰਾ ਦਿੰਦੇ ਨੇ ਉਹਨਾਂ ਨੂੰ ਕਟਵਾ ਦਿੰਦੇ ਨੇ ਪਰ ਜਿਹੜੇ ਲੋਕ ਆਪਣੇ ਕੇਸਾਂ ਦੀ ਕਦਰ ਕਰਦੇ ਨੇ ਉਹਨਾਂ ਦੀ ਸਾਹਸਵਾਲ ਕਰਦੇ ਨੇ ਉਹਨਾਂ ਦੀ ਇਸ ਦੁਨੀਆ ਤੇ ਵੱਖਰੀ ਪਛਾਣ ਹੋ ਜਾਂਦੀ ਹੈ ਅਜਿਹੀ ਇੱਕ ਵੱਖਰੀ ਪਛਾਣ ਇੱਕ ਛੋਟੇ ਜਿਹੇ ਬੱਚੇ ਦੀ ਵੀ ਹੈ ਜਿਹਦਾ ਨਾਮ ਅਗਮ ਹੈ ਤੇ ਉਹਦੀ ਹਾਈਟ 50 ਇੰਚ ਦੀ ਹੈ ਤੇ ਉਹਦੇ ਕੇਸ 48 ਇੰਚ ਦੇ ਨੇ ਅਗਮ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਵੱਖਰੀ ਪਛਾਣ ਆ ਖੂਬਸੂਰਤੀ ਦੀ ਪਛਾਣ ਆ ਅਗਮ ਇਹ ਇੰਨੇ ਵੱਡੇ ਬਾਲ ਤੇ ਇੰਨੀ ਘੱਟ ਉਮਰ ਦੇ ਵਿੱਚ ਕਿਵੇਂ ਮਹਿਸੂਸ ਹੁੰਦਾ ਜਦ ਤੁਸੀਂ ਲੋਕਾਂ 'ਚ ਜਾਂਦੇ ਹੋ? ਮੈਨੂੰ ਠੀਕ ਲੱਗਦਾ ਹੈ। ਠੀਕ ਲੱਗਦਾ ਹੈ। ਪਤਾ ਹੈ ਵੀ ਕਿੱਸਾ ਬਾਰੇ ਵੀ ਜਿਹੜਾ ਸਿੱਖੀ ਕੀ ਹੈ, ਕੇਸ ਕੀ ਨੇ, ਕਿਉਂ ਇਹ ਇੰਨੇ ਤੁਹਾਡੇ ਕੋਲ ਆ? ਮੈਨੂੰ ਹਾਂ ਪਤਾ ਹੈ। ਪਤਾ ਹੈ ਜਾਂ? ਕਰੇ ਲੱਗਿਆ ਨਹੀਂ ਵੀ ਇੰਨਾ ਵੱਡਾ ਜੋੜਾ ਜੰਨੇ ਕੇਸ ਨੇ ਔਖੇ ਲੱਗਦੇ ਹੋਣ ਜਾਂ ਜੋੜਾ ਕਰਨ 'ਚ ਰੋਜ਼ ਜਾਂ ਰੁਟੀਨ ਨਾਲ ਜਦ ਤੁਸੀਂ ਵਿਚਰਦੇ ਹੋ ਲੋਕਾਂ ਦੇ ਵਿੱਚ? ਨਹੀਂ। ਨਹੀਂ ਲੱਗਦਾ। ਤਾਂ ਅਗਮ ਦੇ ਜਿਹੜੇ ਕੇਸ ਇੰਨੇ ਵੱਡੇ ਨੇ ਇੱਕ ਵੱਖਰੀ ਪਹਿਚਾਣ ਦਿੰਦੇ ਆ ਇੱਕ ਦੇਖੋ ਛੋਟਾ ਬੱਚਾ ਆ ਉਹਨੂੰ ਵੀ ਚੰਗਾ ਲੱਗਦਾ ਆ ਪਰ ਬਹੁਤ ਸਾਰੇ ਲੋਕ ਕਤਲ ਵੀ ਕਰਾ ਦਿੰਦੇ ਇੱਕ ਵਾਰ ਇੰਚੀ ਟੇਪ ਸਾਡੇ ਕੋਲ ਆ ਜਿਹਦੇ ਨਾਲ ਅਸੀਂ ਮੈਜ਼ਰਮੈਂਟ ਕਰਾਂਗੇ ਹਰਗੰਦੇ ਵਾਲਾਂ ਦੀ ਕੇਸਾਂ ਦੀ ਕਿ ਵਾਕਈ ਕਿੰਨੇ ਕੁ ਲੰਬੇ ਜਿਹੜੇ ਉਹਦੇ ਕੇਸ ਨੇ ਸਾਡੇ ਕੋਲ ਇੰਚੀ ਟੇਪ ਵੀ ਆ ਹਰਗੰ ਵੀ ਸਾਡੇ ਨਾਲ ਨੇ ਜਿਹੜਾ ਘੁੰਮੋ ਦੇਖਦੇ ਆ ਤੁਹਾਡੇ ਵਾਲ ਪੂਰੇ ਤੇ ਇੰਚੀ ਟੇਪ ਲਗਾ ਕੇ ਜੇਕਰ ਅਸੀਂ ਮਣੀਏ ਤਾਂ ਦੇਖੋ ਖੁਦ ਤੁਸੀਂ ਦੇਖ ਸਕਦੇ ਹੋ ਇੱਥੇ ਹਰਗੰਦੇ ਕੇਸ ਕਿ ਲੈਂਥ ਕਿੰਨੀ ਆ ਲੋ ਦਿਖਾ ਦਿੰਦੇ ਆ ਕਿਸ ਤਰੀਕੇ ਦਾ ਦੱਸਿਆ ਗਿਆ ਸੀ ਪਹਿਲਾਂ ਕਿ 48 ਇੰਚ ਆ ਤਾਂ ਪੂਰੇ ਕੇਸ ਨੇ ਜਿਹੜੇ 48 ਤੋਂ ਵੀ ਕਿਤੇ ਜਿਹੜੇ ਨੇ ਉਹ ਲੰਬੇ ਜਾਂਦੇ ਨੇ ਹਨਾ ਰੱਖ ਤੁਸੀਂ ਦੇਖ ਸਕਦੇ ਹੋ ਕੇਸ ਨੇ ਉਹਨਾਂ ਦੇ ਸੋ ਇਹ ਇਹ ਜਿਹੜਾ ਆ ਤੁਸੀਂ ਇੰਚੀ ਟੇਪ ਨਾਲ ਦੇਖ ਸਕਦੇ ਹੋ ਕਿ ਇੰਚੀ ਟੇਪ ਦੇ ਵਿੱਚ ਇੱਕ ਇੱਕ ਇੰਚ ਦਾ ਹਿਸਾਬ ਆ ਜਿਹੜਾ ਇੱਕ ਇੱਕ ਇੰਚ ਦੇ ਨਾਲ ਜਿਹੜਾ ਆ ਇਹਨਾਂ ਦੀ ਲੈਂਥ ਦਾ ਪਤਾ ਲੱਗ ਰਿਹਾ ਕੇਸਾਂ ਦੀ ਸੋ 48 ਇੰਚ ਤੋਂ ਵੀ ਜਿਹੜੇ ਨੇ ਲੰਬੇ ਜਿਹੜੇ ਨੇ ਕੇਸ ਨੇ ਖੁਦ ਇਹ ਜਿਹੜੇ ਆਗਾ ਮੈਂ ਆਪ ਉਹ 50 ਇੰਚ ਦੇ ਆ ਤੇ ਕੇਸ 48 ਇੰਚ ਦੇ ਸੋ ਸਬੂਤ ਹੈ ਸਾਹਮਣੇ ਸਬੂਤ ਹੈ ਕੇਵਲ ਜੇ ਅਸੀਂ ਗੱਲ ਕਰਦੇ ਸੀ ਪਹਿਲਾਂ ਕਿ ਗੱਲਾਂ ਨਹੀਂ ਕਰ ਰਹੇ ਸੀ ਅਸਲੀਅਤ ਸੀ ਸੋ ਇੰਚੀ ਟੇਪ ਨੇ ਸਲੀਤ ਸਾਬਿਤ ਵੀ ਕੀਤੀ ਆ ਕਿ ਕੇਸ ਨੇ ਜਿਹੜੇ ਵਾਕਈ ਜਿਹੜੀ ਦੀ ਲੈਂਥ ਹੈ ਉਹ ਕਾਬਲੇ ਤਾਰੀਫ ਹੈ ਹਰ ਅਗਮ ਦੇ ਮਾਤਾ ਪਿਤਾ ਸਾਡੇ ਨਾਲ ਇਹਨਾਂ ਗੱਲਬਾਤ ਕਰਦੇ ਆ बच्चे दे जेड़े केस सी के जब बदने शुरू हुए थोनु कल एस महसूस होया के जेड़ा है एक कुदरत दी अनोखी देन है थौडे को हां मेनू अच्छा लगदा सी के मेरे बच्चे दे बाल काफी ग्रोथ कर रहे है और एदे मतलब टीचर्स भी इन्नू कहंदे है कि सानू अपने बाल दे दे पर काफी मान फील होंदा है कि मेरे बच्चे दे बाल इन्ने सोने हैगे है और इन्नू भी कदी प्रॉब्लम दा सामना नहीं करना पेया मतलब मेनू भी ता कदी प्रॉब्लम हुई नहीं है मेरे बच्चे नु भी कदी इस चीज नु प्रॉब्लम नहीं हुई कि मेरे बच्चे दे बाल बहुत बड्ढे है ਇਨੂੰ ਅੱਛਾ ਹੀ ਲੱਗਦਾ ਹੈ ਔਰ ਇਹਨੂੰ ਹੁੰਦਾ ਕਿ ਬਸ ਮੇਰੇ ਇਹ ਜੂੜਾ ਇੱਕਦਮ ਪ੍ਰੋਪਰ ਹੋਣਾ ਚਾਹੀਦਾ ਹੈ ਮੇਰਾ ਪਟਕਾ ਵੀ ਇੱਕਦਮ ਸੈੱਟ ਹੋਣਾ ਚਾਹੀਦਾ ਇਹਨੂੰ ਇਹ ਹੁੰਦਾ ਕਿ ਮੇਰਾ ਇੱਕਦਮ ਮੈਂ ਪ੍ਰੋਪਰ ਫਿਟ ਆਣਾ ਚਾਹੀਦਾ ਮੇਰਾ ਜੂੜਾ ਤੇ ਪਟਕਾ ਖਾਸ ਸਪੈਸ਼ਲ ਧਿਆਨ ਵੀ ਰੱਖ ਦਿਓ ਵੀ ਕੀ ਵਰਤਨਾ ਕੀ ਨਹੀਂ ਵਰਤਨਾ ਆਮ ਕਰਕੇ ਹੁੰਦਾ ਕਿ ਲੋਕ ਜਿੰਨਾਂ ਦੀ ਲੈਂਥ ਨਹੀਂ ਹੁੰਦੀ ਆ ਬਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਨੇ ਜਾਂ ਦਿੱਕਤ ਵੀ ਆਉਂਦੀ ਨਹੀਂ ਮੈਂ ਇਸ ਤਰ੍ਹਾਂ ਦਾ ਕੁਝ extra ਨਹੀਂ ਕੀਤਾ ਸਿੰਪਲ ਨਾਰਮਲ ਸ਼ੈਂਪੂ ਯੂਜ਼ ਕਰੀਦਾ ਨਾਰਮਲ ਤੇਲ ਲਗਾਈਦਾ ਐਸ ਤਰ੍ਹਾਂ ਕੋਈ ਸਪੈਸ਼ਲ ਨਹੀਂ ਹੈ ਕਿ ਬੱਚੇ ਦੇ ਵਾਲਾਂ ਨੂੰ ਕੁਝ ਅਲੱਗ ਜਿਹਾ ਲਗਾਣਾ ਇਸ ਤਰ੍ਹਾਂ ਦਾ ਕੁਝ ਨਹੀਂ ਅੱਛਾ ਕਰਦੀ ਮਾਵਾ ਜਿਹੜੀਆਂ ਹੁੰਦੀਆਂ ਨੇ ਉਹ ਕੇਸਾਂ ਤੋਂ ਬੜਾ ਇਤਰਾਜ਼ ਕਰਦੀਆਂ ਨੇ ਜਾਇਂ ਲੱਗਦਾ ਵੀ ਇੰਨੇ ਵੱਡੇ ਵਾਲ ਆ ਸਾਹਮਣੇ ਔਖੇ ਨੇ ਮੇਨਟੇਨ ਕਰਨੇ ਔਖੇ ਆ ਉਕਿ ਤੁਸੀਂ ਉਹ ਇਹਦਾ ਜੁੜਾ ਕਰਦੇ ਤੁਸੀਂ ਉਹਨੂੰ ਤਿਆਰ ਕਰਦੇ ਨਹੀਂ ਅਸੀਂ ਸ਼ੁਰੂ ਚ ਸਿੱਖੀ ਵਿੱਚ ਰਹੇ ਆ ਅਸੀਂ ਮਤਲਬ ਪਹਿਲੇ ਵੀ ਸਿੱਖੀ ਆ ਮੇਰੇ ਫਾਦਰ ਨੂੰ ਵੀ ਬੜਾ ਸਿੱਖੀ ਮੇਰੇ ਬੱਚੇ ਸਿੱਖਣ ਹੋਏ ਕੈਂਚੀ ਲਗਾਣੀ ਨਹੀਂ ਹੈ ਨਾ ਅਸੀਂ ਕਦੀ ਲਗਾਈ ਅਸੀਂ ਤਾਂ ਬੱਚਿਆਂ ਨੂੰ ਵੀ ਇਹ ਕਹਿੰਦੇ ਕਿ ਆਪਣੇ ਵਾਲਾ ਤੇ ਕੈਂਚੀ ਕਦੇ ਨਹੀਂ ਲਗਾਣੀ ਮਤਲਬ ਜੋ ਤੁਹਾਨੂੰ ਆਪਣੇ ਬਖਸ਼ੀਸ਼ ਦਿੱਤੀ ਹੈ ਉਹਨੂੰ ਸੰਭਾਲ ਕੇ ਹੀ ਰੱਖਣਾ ਮੈਨੂੰ ਸਾਡੇ ਮਤਲਬ ਆਪਣੇ ਹਸਬੰਡ ਨੂੰ ਦੇਖ ਰਹੇ ਆ ਆਪਣੇ ਸਾਰਿਆਂ ਨੂੰ ਸਾਡੇ ਘਰ ਦਾ ਸਿੱਖੀ ਨੂੰ ਬਹੁਤ ਉੱਪਰ ਰੱਖਿਆ ਜਾਂਦਾ ਹੈ ਔਰ ਮੈਨੂੰ ਖੁਦ ਨੂੰ ਹੁੰਦਾ ਹੈ ਕਿ ਮੇਰੇ ਬੱਚੇ ਸਿੱਖੀ ਨਾਲ ਜੁੜਨ ਹਰਮੋਨੀਅਮ ਵੀ ਸਿੱਖਣ ਮਤਲਬ ਹਰ ਚੀਜ਼ ਵਿੱਚ ਇਹਨਾਂ ਨੂੰ ਹੋਣਾ ਚਾਹੀਦਾ ਕਿ ਬਾਬਾ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰੂਆਂ ਦੀ ਜਿਹੜੀ ਤੁਹਾਨੂੰ ਦਾਤ ਮਿਲੀ ਹੈ ਉਹਨੂੰ ਅਸੀਂ ਸੰਭਾਲ ਕੇ ਰੱਖਣਾ ਹੈ ਅਗਰ ਕਿੰਨੇ ਸਾਲ ਹੈ ਤੁਹਾਨੂੰ ਪਤਾ ਲੱਗਿਆ ਕਿ ਇਹਦੇ ਬਾਲਾਂ ਜਿਹੜੇ ਉਹ ਜ਼ਰੂਰ ਤੋਂ ਵੱਧ ਵੱਡੇ ਨੇ ਤੇ ਇਹ ਵੱਧ ਜਾਈ ਜਾ। ਇਹਦੇ ਵਾਂਗ ਜਿਵੇਂ ਜਦੋਂ ਹੋਇਆ ਹੈ ਨਾ ਮਤਲਬ 1.5 ਸਾਲ ਬਾਅਦ ਇਹਦਾ ਜੂੜਾ ਮਤਲਬ ਹੁਣ ਅੱਛਾ ਗਰੋਥ ਵਿੱਚ ਆ ਗਿਆ ਸੀ। ਮਤਲਬ ਕਰਦੇ ਕਰਾਂਦੇ ਮਤਲਬ ਸਾਰੇ ਮਤਲਬ ਮੈਨੂੰ ਅਜੇ ਤੱਕ ਕਦੀ ਧਾਗਾ ਨਹੀਂ ਯੂਜ਼ ਕਰਨਾ ਪਿਆ। ਮੈਂ ਇਹਦਾ ਪ੍ਰੋਪਰ ਇਹਦਾ ਜੂੜਾ ਔਰ ਮੈਨੂੰ ਸਾਰੇ ਕਹਿੰਦੇ ਸੀ ਕਿ ਤੇ ਵਾਲ ਕਾਫੀ ਲੰਬੇ ਹੈ। ਪਰ ਮੈਂ ਇਸ ਚੀਜ਼ ਮੈਨੂੰ ਹੁੰਦਾ ਸੀ ਕਿ ਠੀਕ ਹੈ ਅੱਛੀ ਗੱਲ ਹੈ। ਮੈਨੂੰ ਲੋਕਾਂ ਨੇ ਕਹਿੰਨਾ ਇतना ਵੱਡਾ ਜੋੜਾ ਮੈਂ ਕਿਹਾ ਤਾਂ ਕੀ ਹੋ ਗਿਆ ਮੈਂ ਕਹਿੰਦੇ ਪ੍ਰੋਬਲਮ ਆਈ ਮੈਂ ਕਿ ਮੈਨੂੰ ਕਦੀ ਪ੍ਰੋਬਲਮ ਨਹੀਂ ਆਏਗੀ ਨਾ ਮੇਰੇ ਬੱਚੇ ਨੂੰ ਪ੍ਰੋਬਲਮ ਆਂਦੀ ਹੈ ਨਾ ਮੈਨੂੰ ਪ੍ਰੋਬਲਮ ਆਂਦੀ ਹੈ ਮਤਲਬ ਕਈਆਂ ਨੂੰ ਹੁੰਦਾ ਸੀ ਕਿੰਨਾ ਵੱਡਾ ਬੱਚਾ ਜੋੜਾ ਆਮਦਾ ਕੀਤਾ ਮੈਂ ਕਿ ਮੈਨੂੰ ਐਸੇ ਕਦੀ ਫੀਲ ਹੀ ਨਹੀਂ ਹੋਇਆ ਕਿ ਮੇਰੇ ਬੱਚੇ ਤੇ ਇੰਨੇ ਵੱਡੇ ਵਾ ਠੀਕ ਹੈ ਅੱਛਾ ਲੱਗਦਾ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਐਸੇ ਕਿ ਠੀਕ ਹੈ ਵਾਲ ਬਾਬਾ ਜੀ ਦਿੱਤੇ ਹੈ ਇਹਨੂੰ ਸੰਭਾਲ ਕੇ ਰੱਖੋ ਮੈਂ ਤਾਂ ਇਹਨਾਂ ਨੂੰ ਵੀ ਕਹਿੰਦੀ ਆ ਵੀ ਕੈਂਚੀ ਨਹੀਂ ਲਗਾਣੀ ਜੋ ਵੀ ਹੈ ਤੁਹਾਨੂੰ ਬਾਬਾ ਜੀ ਨੇ ਦਿੱਤਾ ਉਹਨੂੰ ਸੰਭਾਲ ਕੇ ਰੱਖਣਾ ਹੈ ਹਮੇਸ਼ਾ ਕੁਦਰਤੀ ਦੇ ਵੀ ਲੋਕੀ ਮਤਲਬ ਦੇਖਦੇ ਆ ਪੁੱਛਦੇ ਨੇ ਤੁਹਾਡੇ ਵੀ ਨੇ ਵੱਡੇ ਵਾਲਾ ਮੈਂ ਕਿਹਾ ਸਾਡੇ ਤੇ ਨਾਲ ਹੀ ਤੇ ਜਿਆਦਾ ਕੋਈ ਆਪਾ ਗੁਰਦੁਆਰੇ वगैरह ਜਾਂਦੇ ਉੱਥੇ ਸਪੈਸ਼ਲ ਭਾਈ ਜੀ ਪੁੱਛਦੇ ਆ ਬਈ ਮਿਲੋ ਨੇ ਫਕਰ ਉਹਨਾਂ ਨੂੰ ਫਕਰ ਪੀਰ ਹੁੰਦਾ ਕਿ ਹਾਂ ਬੱਚੇ ਦੀ ਸਿੱਖੀ ਅਸੀਂ ਪ੍ਰੋਪਰ ਮੇਨਟੇਨ ਕੀਤੀ ਹੋਈ ਹੈ ਮਾਜੂ ਦਾ ਟਾਈਮ ਹੈ ਸਿੱਖੀ ਲੋਕ ਸੁਣ ਜਾਂਦੀ ਹੈ ਤੇ ਇਹਦੇ ਚ ਸਭ ਤੋਂ ਜ਼ਿਆਦਾ ਮਦਦ ਵੀ ਹਿੰਮਤ ਹੈ ਕਿ ਉਹਨੇ ਸਾਰਾ ਦਿਨ ਜੁੜਾਦਾ ਉਹਨੇ ਹੀ ਕਰਨਾ ਹੈ ਤੇ ਮਦਰ ਦੀ ਵੀ ਦੇਚੇ ਕਾਫੀ ਹਿੰਮਤ ਹੈ ਉਹਨਾਂ ਮਾਤਾਮਾ ਜਿਹੜੀਆਂ ਬਹੁਤ ਸਾਰੇ ਸਾਨੂੰ ਦੇਖ ਰਹੀਆਂ ਉਹਨਾਂ ਨੂੰ ਕੀ ਕਹੋਗੇ ਕਿਉਂਕਿ ਜਿਹੜੇ ਸਿੱਖੀ ਤੋਂ ਆਪਣੇ ਬੱਚਿਆਂ ਦੂਰ ਲੈ ਕੇ ਜਾ ਰਹੇ ਆ ਜਾਂ ਕਿ ਇਹ ਕਿ ਆਪਣੇ ਕੇਸਾਂ ਨੂੰ ਕਤਲ ਕਰਵਾਉਣ ਦੇ ਵਿੱਚ ਜਿਹੜਾ ਜ਼ਿਆਦਾ ਯੋਗਦਾਨ ਦੇ ਰਿਹਾ ਸਿੱਖੀ ਨੂੰ ਮਤਲਬ ਸਿੱਖ ਦੇਖੋ 10 ਬੰਦੇਾਂ ਵਿੱਚ ਜੇਕਰ ਇੱਕ ਸਿੱਖ ਹੋਏਗਾ ਨਾ ਉਹ ਪਛਾਣਿਆ ਜਾਏਗਾ ਹੋਰ ਕੋਈ ਨਹੀਂ ਪਛਾਣਿਆ ਜਾਂਦਾ ਉਹ ਹਮੇਸ਼ਾ ਫਿਕਰ ਫੀਲ ਮਤਲਬ ਸਾਨੂੰ ਆਪਣੀ ਸਿੱਖੀ ਨੂੰ ਹਮੇਸ਼ਾ ਆਪਣੇ ਉੱਪਰ ਰੱਖਣਾ ਚਾਹੀਦਾ ਹੁਣ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣੇ ਚਾਰ ਬੇਟੇ ਸਿੱਖੀ ਦੇ ਕਰਕੇ ਹੀ ਨਹੀਂ ਮਾਰੇ ਸੀ ਨਾ ਕੁਰਬਾਨ ਕੀਤੇ ਸੀ ਨਾ ਸਿੱਖੀ ਨੂੰ ਤਾਂ ਮੈਂ ਤਾਂ ਕਹਿੰਨੀ ਆ ਕਿ ਸਾਨੂੰ ਸਿੱਖ ਅੱਜ ਕਾ ਲੋਕੀ ਕੱਟਦੇ ਜਾ ਰਹੇ ਆ ਪਰ ਮੈਨੂੰ ਨਹੀਂ ਅੱਛਾ ਲੱਗਦਾ ਕਿ ਮੈਂ ਤਾਂ ਕਹਿੰਨੇ ਕਿ ਸਾਡੇ ਬੱਚੇ ਉੱਪਰ ਜਾਵਣ ਪਰ ਇੱਕ ਪ੍ਰਾਊਡ ਫੀਲ ਮੂਮੈਂਟ ਆਂਦਾ ਹੈ ਕਿ ਸਾਡੇ ਬੱਚੇ ਸਿੱਖ ਹੈ ਅਸੀਂ ਵੀ ਉਹਦੇ ਨਾਲ ਸਾਨੂੰ ਵੀ ਇਹ ਪ੍ਰਾਊਡ ਫੀਲ ਕਰਵਾਣਗੇ ਕਿ ਸੋ ਬੰਦੇ ਜਿਹੜੇ ਇੱਕ ਬੱਚਾ ਹੀ ਨਜ਼ਰ ਆਂਦਾ ਜਿਹੜਾ ਸਿੱਖ ਹੁੰਦਾ ਹੋਰ ਦੂਜਾ ਆਮ ਬੱਚੇ ਤਾਂ ਸਾਰੇ ਆ ਗਏ ਆ ਪਰ ਸਿੱਖ ਜਿਹੜਾ ਹੈ ਉਹ ਇੱਕ ਪਗੜੀ ਦੀ ਸ਼ਾਨ ਹੈ ਯਾ ਤੁਸੀਂ ਜੋ ਵੀ ਕਹਿ ਲੋ ਜੋ ਵੀ ਸਿੱਖ ਦੀ ਇੱਕ ਆਪਣੀ ਪਛਾਣ ਮੰਨੀ ਜਾਂਦੀ ਹੈ ਮੇਰੇ ਸਾਹਮਣੇ ਤਾਂ ਸੋ ਅਗਰ ਕੀ ਕਹੋਗੇ ਬਹੁਤ سارے ਬੱਚੇ ਤੁਹਾਡੇ ਨਾਲ ਦੇ ਤੁਹਾਨੂੰ ਦੇਖ ਰਹੇ ਆ ਬਾਲਾਂ ਨੂੰ ਲੈ ਕੇ ਕੇਸਾਂ ਲੈ ਕੇ ਕੀ ਮੈਂ ਆਪਣੇ ਉੱਪਰ ਪ੍ਰਾਊਡ ਫੀਲ ਕਰਦਾ ਹਾਂ ਜਿੰਨੇ ਵੀ ਜਿੰਨੇ ਵੀ ਸਦਾਰ ਹਨ ਉਹਨੂੰ ਮੈਂ ਕਹਿੰਦਾ ਕਿ ਕਵੀ ਕਦੇ ਵੀ ਬਾਲ ਨਾਕਟਵਾਲ ਗੁਡ ਮੌਰਨ ਇਹ ਇਹ ਸਾਡਾ ਨਿਸ਼ਾਨ ਹੈ ਸਿਹਦਾਰੋ ਦਾ ਸੋ ਆਗਮ ਕੇਵਲ ਉਮਰ 9 ਸਾਲ ਦੀ ਹੈ ਛੋਟਾ ਬੱਚਾ ਹੈ ਪਰ ਇੰਨੇ ਵੱਡੇ ਜਿਹੜੇ ਕੇਸ ਹੋਣੇ ਉਸ ਪਰਮਾਤਮਾ ਦੀ ਦੇਣ ਹੈ ਉਸ ਕੁਦਰਤ ਦੀ ਦੇਣ ਹੈ ਦੇਣ ਨੂੰ ਇਹਨਾਂ ਨੇ ਸੰਭਾਲ ਕੇ ਰੱਖਿਆ ਹੈ ਜਿਹਦੇ ਜੇ ਕਹੀਏ ਅਸੀਂ ਸਹਿਯੋਗੀ ਉਹਨਾਂ ਦੇ ਮਾਤਾ ਪਿਤਾ ਵੀ ਨੇ ਉਹਨਾਂ ਦੀ ਸ਼ਾਬਾਸ਼ੀ ਉਹਨਾਂ ਦੇ ਮਾਤਾ ਪਿਤਾ ਦੀ ਵੀ ਹੈ ਕਿ ਨਾਲ ਜਿਹੜਾ ਬੱਚੇ ਨੂੰ ਇਸ ਪਾਸੇ ਮੋਟੀਵੇਟ ਕਰ ਰਹੇ ਨੇ ਤੇ ਬੱਚਾ ਵੀ ਆਪਣੇ ਬਾਲਾ ਦੀ ਖੂਬ ਕਦਰ ਜਾਣ ਰਿਹਾ ਹੈ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ